day and a warm welcome to one and all present over here. Of knowledge, but formation of character, we roll down a red carpet of welcome to all the एलोकेशन की क्लासेस जिसका काफी अच्छा रिस्पांस मिला और स्टूडेंट्स में बहुत ही इम्प्रूवमेंट देखने को मिली और ये क्लासेस आगे भी कंटिन्यू रहेंगी और इसको हम बहुत ही अच्छे लेवल पर लेकर जाएंगे। In our lives and need to be aware the importance of conserving and maintaining it. If we will not अब रिजर्व से ज्यादा पानी इकट्ठा कर रखा है ये पानी तो जय शुरू रूप का है जो हम दान में देने वाले थे। सरकार कहाँ रुकने वाली थी, बड़ी तैयारी चल डाली, पानी पहले ही महंगा था और कीमत बढ़ा डाली। Yeah.
ਉਹਨਾਂ ਨੂੰ ਸੈਨਾ ਮੈਡਲ ਮਿਲਿਆ ਸੀ। ਕਈ ਟੈਂਕ ਹਿੱਟ ਕਰਤੇ ਸੀਗੇ ਬਾਪੂ ਜੀ ਨੇ। ਫਿਰ 71 ਦੀ ਲੜਾਈ 'ਚ ਬਾਪੂ ਜੀ ਦੀ ਡਿਊਟੀ ਲੱਗ ਗਈ ਛੰਭ ਜੌੜੀਆਂ ਸੈਕਟਰ। ਉੱਥੇ ਪਾਕਿਸਤਾਨ ਦਾ ਬਹੁਤ ਜ਼ਿਆਦਾ ਦਬਾਅ ਪੈ ਗਿਆ। ਬਾਪੂ ਜੀ ਰਾਣੇ ਪੁਲ ਤੋੜਿਆ, ਕਈ ਟੈਂਕ ਹਿੱਟ ਕੀਤੇ ਅਤੇ ਬਾਅਦ ਵਿੱਚ ਇੱਕ ਕੋਈ ਟੈਂਕ ਰਹਿ ਗਿਆ ਸੀਗਾ। ਉਹਨੂੰ ਜਿਹੜਾ ਟੈਂਕ ਦੇ ਉੱਪਰ ਉਹ ਜਗ੍ਹਾ ਹੁੰਦੀ ਹੈ ਖੜ੍ਹ ਕੇ ਦੇਖਣ ਦੀ, ਉੱਥੇ ਖੜ੍ਹੇ ਸੀਗੇ ਅਤੇ ਗੋਲਾ ਹਿੱਟ ਹੋ ਗਿਆ। ਬਾਪੂ ਜੀ ਦੇ ਵੀ ਲੱਗਿਆ ਗਰਦਨ 'ਤੇ ਟੈਂਕ ਵੀ ਹਿੱਟ ਹੋ ਗਿਆ। ਸੋ ਪਿਤਾ ਜੀ ਦੀ ਇੱਕ ਤਮੰਨਾ ਸੀ ਕਿ ਸਾਡੇ ਬੱਚੇ, ਸਾਡੇ ਨਾਲ ਦੇ ਕੁਲੀਗ ਦਸਵੀਂ ਤੋਂ ਬਾਅਦ ਪੜ੍ਹ ਨਹੀਂ ਪਾਉਂਦੇ, ਅੱਗੇ ਇੰਗਲਿਸ਼ ਦਾ ਬੁਲੰਦੀ ਹੈ ਅਤੇ ਨਾਲੇ ਹੋਰ ਸਹੂਲਤਾਂ, ਸਕੂਲ ਦੂਰ ਸੀਗੇ ਅਤੇ ਬਾਪੂ ਜੀ ਸਕੂਲ ਖੋਲ੍ਹਣਾ ਚਾਹੁੰਦੇ ਸੀਗੇ, ਪਰ ਗੁਰੂ ਮਹਾਰਾਜ ਨੂੰ ਮਨਜ਼ੂਰ ਹੋਰ ਸੀ। ਉਹ ਸ਼ਹੀਦੀ ਪਾ ਗਏ ਅਤੇ ਜ਼ਿੰਮੇਵਾਰੀ ਗੁਰੂ ਮਹਾਰਾਜ ਨੇ ਮੇਰੇ ਸਿਰ 'ਤੇ ਲਾ ਦਿੱਤੀ ਅਤੇ ਮੈਂ ਇਹ ਸਕੂਲ ਖੋਲ੍ਹਿਆ। ਸਕੂਲ ਖੋਲ੍ਹ ਕੇ ਕਿਉਂਕਿ ਮੈਂ ਵੀ ਸੋਚਦਾ ਸੀਗਾ ਕਿ ਮੇਰੇ ਨਾਲ ਦੇ ਭਰਾ ਹੈ ਜਿਹੜੇ ਉਹ ਦਸਵੀਂ ਤੋਂ ਬਾਅਦ ਹਟੀ ਜਾ ਰਹੇ ਹਨ, ਨੌਵੀਂ 'ਚ ਧੱਕੇ ਜੇ ਲੱਗ ਜਾਂਦੇ ਲੱਗਣ, ਅੱਠਵੀਂ ਨੌਵੀਂ ਦਸਵੀਂ ਜਾ ਕੇ ਅੱਗੇ ਨਹੀਂ ਜਾਂਦੇ। ਮੈਂ ਯਾਰ ਇਹ ਤਾਂ ਬਹੁਤ ਮਾੜੀ ਗੱਲ ਹੈ, ਮੈਂ ਪੜ੍ਹ ਕੇ ਕਿੱਥੇ ਵਕੀਲ ਬਣ ਗਿਆ, ਮੇਰੇ ਨਾਲ ਦੇ ਭਾਈ ਉਹੀ ਬਰਸੀਨ ਵੱਢ ਰਹੇ ਹਾਂ ਅਤੇ ਕਣਕਾਂ ਵੱਢ ਰਹੇ। ਸੋ ਫਾਈਨੈਂਸ਼ੀਅਲ ਪੋਜੀਸ਼ਨ ਵੀ ਇੰਨੀ ਚੰਗੀ ਨਹੀਂ ਸੀ, ਫਿਰ ਵੀ ਗੁਰੂ ਮਹਾਰਾਜ ਦੀ ਪ੍ਰੇਰਣਾ ਨਾਲ ਮੈਂ ਕੋਸ਼ਿਸ਼ ਕੀਤੀ, ਸਕੂਲ ਸਟਾਰਟ ਕਰ ਲਿਆ। ਪਰ ਬੜੀ ਗੁਰੂ ਮਹਾਰਾਜ ਦੀ ਕਿਰਪਾ ਰਹੀ, ਨਾਲ ਦੀ ਨਾਲ ਜਿੰਨੇ ਕੁ ਪੈਸੇ ਆ ਗਏ ਮੈਂ ਲਾਈ ਗਿਆ। ਇਲਾਕੇ ਦੀ ਸੰਗਤ ਬੈਠੀ ਹੈ, ਭੈਣ ਭਰਾ ਬੈਠੀ ਹੈ, ਬੇਟੀਆਂ ਬੈਠੀਆਂ, ਬੱਚੇ ਬੈਠੇ, ਸਤਵੰਤੇ ਬੈਠੇ। ਮੈਂ ਰਿਣੀ ਹੈ ਸਿੱਧੂ ਸਾਹਿਬ ਦਾ ਕਿ ਕਾਹੇ ਬਗਾਏ ਇਸ ਸਮਾਗਮ ਜਾ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਜੋ ਸਕੂਲ ਬਾਰੇ ਗੱਲ ਕਹੀ ਗਈ ਹੈ, ਮੇਰਾ ਦਿਲ ਕਰਦਾ ਕਿ ਵੱਧ ਤੋਂ ਵੱਧ ਮਦਦ ਕਰਾਂ, ਪਰ ਮੈਂ 1,00,000 ਰੁਪਏ ਅਨਾਊਂਸ ਕਰਕੇ ਜਾਂਦਾ। ਪਰ ਜੇ ਕੋਈ ਹੀਲਾ ਵਸੀਲਾ ਹੁੰਦਾ ਹੋਇਆ ਸਿੱਧੂ ਸਾਹਿਬ, ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ। ਮੋਹਾਲੀ ਜ਼ਿਲ੍ਹੇ ਦਾ ਮੁੱਖ ਇਤਿਹਾਸਕ ਕਸਬਾ ਤਿਊੜ, ਜਿੱਥੇ ਕਿ ਸ਼ਹੀਦ ਬਾਬੂ ਸਿੰਘ ਪਬਲਿਕ ਸਕੂਲ ਬੱਚਿਆਂ ਨੂੰ ਚੰਗੀ ਸਿੱਖਿਆ ਪੜ੍ਹਾਈ ਦੇ ਨਾਲ ਨਾਲ ਦੇ ਰਿਹਾ ਹੈ ਅਤੇ ਹਰ ਤਰ੍ਹਾਂ ਦੇ ਐਜੂਕੇਸ਼ਨ ਅਤੇ ਉਹਦੀਆਂ ਖੇਡਾਂ ਦਾ ਜੋ ਵੀ ਕਰਵਾਇਆ ਜਾਂਦਾ ਹੈ ਅਤੇ ਸਾਲਾਨਾ ਜੋ ਉਹ ਰਿਪੋਰਟ ਹੁੰਦੀ ਹੈ ਉਸਦਾ ਫੰਕਸ਼ਨ ਕਰਵਾਇਆ ਜਾਂਦਾ ਹੈ, ਮਾਪਿਆਂ ਨੂੰ ਸੱਦਿਆ ਜਾਂਦਾ ਹੈ ਅਤੇ ਬੱਚਿਆਂ ਦੀ ਐਕਟੀਵਿਟੀ ਦਿਖਾਈ ਜਾਂਦੀ ਹੈ, ਨਾਲ ਹੀ ਉਹਨਾਂ ਦਾ ਜੋ ਰਿਪੋਰਟ ਕਾਰਡ ਹੈ ਉਹ ਪੇਸ਼ ਕੀਤਾ ਜਾਂਦਾ ਹੈ। ਸ਼ਹੀਦ ਬਾਬੂ ਸਿੰਘ ਕੌਣ ਸਨ ਅਤੇ ਸਕੂਲ ਦੀ ਕਾਰਜਕਾਰੀ ਕੀ ਹੈ, ਇਹ ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਹਾਜ਼ਰ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਮੈਡਮ ਜੀ, ਪਹਿਲਾਂ ਤਾਂ ਜਿਹੜੇ ਸਕੂਲ ਦੇ ਨਾਂ ਰੱਖਿਆ ਗਿਆ ਸ਼ਹੀਦ ਬਾਬੂ ਸਿੰਘ, ਉਹਨਾਂ ਦੇ ਬਾਰੇ ਤੁਸੀਂ ਜਾਣਕਾਰੀ ਜ਼ਰੂਰ। ਹਾਂਜੀ, ਹਮਾਰੇ ਸਕੂਲ ਦਾ ਨਾਮ ਹੈ ਸ਼ਹੀਦ ਬਾਬੂ ਸਿੰਘ ਪਬਲਿਕ ਸਕੂਲ, ਜੋ ਕਿ ਸ਼ਹੀਦ ਬਾਬੂ ਸਿੰਘ ਜੀ ਕੀ ਆਦਮੀ ਰੱਖਿਆ ਗਿਆ ਹੈ। ਸ਼ਹੀਦ ਬਾਬੂ ਸਿੰਘ ਜੀ ਕਾ ਜਨਮ 1928 ਮੇਂ ਅਭੇਪੁਰ ਵਿਲੇਜ ਮੇਂ ਹੁਆ ਥਾ। ਉਹਨੇ 1949 ਮੇਂ ਇੰਡੀਅਨ ਆਰਮੀ ਜੁਆਇਨ ਕੀ ਸਰ, ਔਰ ਉਹਨੇ 22 ਸਾਲ ਆਪਣੇ ਜੋ ਜੀਵਨ ਕੇ ਇੰਡੀਅਨ ਆਰਮੀ ਕੋ ਦੀਏ, ਔਰ ਅੰਤ ਮੇਂ ਉਨਕਾ 1971 ਮੇਂ ਜੋ ਹਮਾਰੀ ਇੰਡੀਆ ਪਾਕਿਸਤਾਨ ਕੀ ਜੰਗ ਹੋਈ ਥੀ ਉਸਮੇਂ ਉਨਕੋ ਸ਼ਹੀਦੀ ਪ੍ਰਾਪਤ ਹੋਈ। ਤੋ ਉਨ੍ਹੀਂ ਕੀ ਯਾਦ ਮੇਂ ਔਰ ਗਾਓ ਕੇ ਲੋਗੋਂ ਕੋ, ਗਾਓ ਕੇ ਬੱਚੋਂ ਕੋ ਅੱਛੀ ਐਜੂਕੇਸ਼ਨ ਦੇਣੇ ਕੇ ਲੀਏ ਤੋ ਯੇ ਸਕੂਲ ਖੋਲ੍ਹਾ ਗਿਆ, ਜੋ ਕਿ ਆਜ 2.3 ਏਕੜਸ ਮੇਂ ਫੈਲਾ ਹੁਆ ਹੈ। ਤੋ ਆਜ ਹਮ ਆਪਣੇ ਸਕੂਲ ਕਾ ਐਨੂਅਲ ਫੰਕਸ਼ਨ ਕਰਨੇ ਜਾ ਰਹੇ ਹੈ, ਜਿਸਕਾ ਨਾਮ ਹਮਨੇ ਰੱਖਾ ਹੈ ਉਡਾਨ। ਜੈਸੇ ਕਿ ਹਮ ਜਾਣਤੇ ਕਿ ਉਡਾਨ ਕਾ ਅਰਥ ਹੋਤਾ ਹੈ ਉੱਪਰ ਕੀ ਔਰ ਉੜਨਾ, ਆਕਾਸ਼ ਮੇਂ ਉੱਪਰ ਕੀ ਔਰ ਉੜਨਾ, ਔਰ ਹਮ ਆਪਣੇ ਸਟੂਡੈਂਟਸ ਕੋ ਯਹਾਂ ਪਰ ਪੰਖ ਦੇਤੇ ਹੈ ਤਾਂ ਕਿ ਵੋ ਉੱਪਰ ਕੀ ਔਰ ਉੜ ਸਕੇ ਔਰ ਆਪਣੇ ਸਪਨੋ ਕੋ ਪੂਰਾ ਕਰ ਸਕੇ। ਇਹ ਕਿਹੜੀ ਕਲਾਸ ਤੋਂ ਲੈ ਕੇ ਕਿੱਥੋਂ ਤੱਕ ਹੈਗਾ ਇਹ ਸਕੂਲ? ਇਹ ਹਮਾਰਾ ਸਕੂਲ ਹੈ ਪ੍ਰੀ ਨਰਸਰੀ ਸੇ ਲੈ ਕੇ 10th ਕਲਾਸ ਤੱਕ, ਤੋ ਅਭੀ ਹਮਾਰਾ ਪਲੈਨ ਹੈ ਕਿ ਨੈਕਸਟ ਕਮਿੰਗ ਈਅਰਸ ਮੇਂ ਇਸਕੋ ਪਲੱਸ 2 ਤੱਕ ਵੀ ਹਮ ਕਰ ਲੇਂਗੇ। ਕਿੱਦਾਂ ਦੀ ਕਾਰਜਕਾਰੀ ਬੱਚਿਆਂ ਦੀ ਪੜ੍ਹਾਈ ਦੇ ਦੌਰਾਨ ਜੋ ਪ੍ਰੀਖਿਆ ਆਉਂਦੀ ਹੈ ਅਤੇ ਉਹ ਰਹੀ ਹੈ ਜੀ? ਜੀ, ਇਗਜ਼ਾਮਸ ਕੇ ਟਾਈਮ ਪੇ ਹਮ ਬਹੁਤ ਹੀ ਜ਼ਿਆਦਾ ਫੋਕਸ ਕਰਤੇ ਹੈ ਰਿਵੀਜ਼ਨ ਕੇ ਉੱਪਰ, ਤਾਂ ਕਿ ਜੋ ਵੀ ਸਿਲੇਬਸ ਇਗਜ਼ਾਮਸ ਮੇਂ ਆਉਣਾ ਹੈ ਉਸਕੀ ਪ੍ਰੋਪਰ ਰਿਵੀਜ਼ਨ ਕਰਵਾਈ ਜਾਏ, ਔਰ ਸਾਰੀ ਪ੍ਰੈਪਰੇਸ਼ਨ ਜੋ ਹੈ ਸਕੂਲ ਮੇਂ ਕਰਵਾਈ ਜਾਤੀ ਹੈ। ਐਸਾ ਪੇਰੈਂਟਸ ਕੇ ਉੱਪਰ ਬਹੁਤ ਬਰਡਨ ਨਹੀਂ ਹੈ ਕਿ ਪੇਰੈਂਟਸ ਨੇ ਪ੍ਰੀਪੇਅਰ ਕਰਵਾਉਣਾ ਹੈ, ਸਾਰਾ ਟੀਚਰਸ ਹੀ ਪ੍ਰੀਪੇਅਰ ਕਰਵਾਤੇ ਹੈ। ਸਟੂਡੈਂਟ ਕੋਈ ਸਪੋਰਟਸ ਨਾਲ ਵੀ? ਹਾਂਜੀ, ਸਪੋਰਟਸ ਪੇ ਵੀ ਬਹੁਤ ਜ਼ਿਆਦਾ ਧਿਆਨ ਦਿਆ ਜਾਤਾ ਹੈ। ਜੈਸੇ ਕਿ ਅਭੀ ਹਮਾਰੇ ਸਕੂਲ ਕੇ 2 ਸਟੂਡੈਂਟਸ ਅਨਮੋਲ ਪ੍ਰੀਤ ਐਂਡ ਅਰਮਾਨ ਚੌਧਰੀ, ਦੇ ਵਨ ਗੋਲਡ ਐਂਡ ਸਿਲਵਰ ਮੈਡਲ ਇਨ 17th
डिस्ट्रिक्ट एथलेटिक चैंपियनशिप। जो अज तुम फंक्शन कर रहे हो कि एक्टिविटी है बच्चों की किदा का रिपोर्ट कार्ड जो पेश कर रहे हो? हाँ जी, तो इसमें जो आज का फंक्शन है इसमें हमारे स्कूल के सभी स्टूडेंट्स पार्टिसिपेट कर रहे हैं। इसमें अप्रॉक्सीमेट हमारे 225 स्टूडेंट्स हैं प्री नर्सरी से लेकर 10th क्लास तक, और इसमें डिफरेंट डिफरेंट एक्टिविटीज़। स्कूल के जो चेयरमैन ने अते नाल ही ये बड़ी गल है कि शहीद बाबू सिंह जी जिन्होंने देश दे लई अपनी शहादत दी है योगदान पाया, उन्होंने बेटे भी ने सरदार अवतार सिंह जी सिद्धू साढ़े नाल हाजिर ने स्कूल के इस समय तो। सिद्धू साहब असं स्वागत करते हैं तुहाडा कि तुसीं एक शहीद पिता जिन्होंने देश दे लई अपना बलिदान दिता उन्होंने पुत्र हो तो स्कूल उन्होंने याद दे विच चला रहे हो? हाँ जी, मेरे पिता जी शहीद बाबू सिंह सन 1971 की लड़ाई शहीद हो गए थे। उन्हों का एक सपना सीगा स्कूल खोलन का, वो तो शहीद हो गए थे पर उन्हों का सपना गुरु महाराज ने मेरे हाथी पूरा कराया तो उन्हों की याद में यह शहीद बाबू सिंह पब्लिक स्कूल खोलिया गया। बहुत चंगी गल है क्योंकि जो शहीद हो जाते हैं बहुत याद घट रखी जाती है, तुसी उन्हां दी याद दे विच होरना बच्चों विद्या देण दे लई अजिहा यतन किया है, तो हुण किन्ने कल पिंडां तों इलाके दे जो बच्चे इत्थे सिक्ख्या लै रहे ने? देखो ये गुरु महाराज दी कृपा हुई है, संतां दा आशीर्वाद है, संतां दी कृपा नाल चल रहा है, पर स्कूल खोल के बड़ी खुशी हो रही है क्योंकि मैं देखदा हुण कई यार दोस्त मिलते हैं तो कई पिंड दे बंदे मिलते ने, उन्हां दे बच्चे बाहर चले गए आ कई चंगीआं पोस्टां ते ने जाके मिलते ने, किसी का बच्चा कनेडा है, किसी का बच्चा अमरीका, किसी का बच्चा आस्ट्रेलिया है, तो जा कई बच्चे वधिया कर रहे ने फील्ड में तो बहुत वधिया पोस्टा ते हैं, बड़ा चंगा लगता है, बड़ा सुकून मिलता है, तो इंज लगता भी गुरु महाराज का बहुत शुक्रिया अदा करते हैं कि उन्होंने मेरे हथों या साड़ी फैमिली के हथों ये काम करवाया। बिल्कुल जी, ये याद हो मनाई भी जाती है तुहाडे पिता जी की कि स्कूल दे विच एक फंक्शन भी हुंदा है तो अज भी तुसीं करन जा रहे हो, तो होर की तुसीं बच्चों बारे संदेश देना चाहुंदे हो जी? बच्चों नूं तां यही संदेश देना चाहुंदा, देखो पढ़ाई एक इही जी चीज़ है जिन्हों कोई थोड़े तो खो नहीं सकता, जिंदगी दे हर फील्ड विच पढ़ाई काम आउंदी है, जे एक इंसान पढ़ जांदा है अगे नूं अपनी फैमिली नूं पढ़ा लैंदा है तो दुनियादारी का पता लगता है, तो पढ़ के नाल गेम खेड के एक चंगा इंसान बनता है जो कि एक चंगा नेशन बिल्डअप करने लिए बहुत जरूरी है। सो मैं तो ये कहना भी स्कूलों में यह भी सिक्ख्या देनी चाहिए है भी चंगा इंसान चंगे बच्चों वधिया इंसान बनाने लिए किवें प्रेरणा दी जाए, बाकी मैं तो बाकी स्कूलों भी ये प्रेरणा दिना है भी नाल दी नाल बच्चों ये भी सिक्ख्या दो भी एक चंगा इंसान किवें बनना है। ਤਾਂ ਤੁਸੀਂ ਇੱਥੇ ਪੜ੍ਹਾਈ ਕਰਕੇ ਗਏ, ਕਿਹੜੀ ਤੋਂ ਕਿਹੜੀ ਕਲਾਸ ਤੱਕ ਕੀਤੀ ਹੈ? ਮੈਂ ਇੱਥੇ ਨਰਸਰੀ ਤੋਂ 10ਵੀਂ ਤੱਕ ਪੜ੍ਹਾਈ ਕੀਤੀ ਹੈ। ਹੁਣ ਅੱਗੇ ਕੀ ਕਰ ਰਹੇ ਹੋ? ਮੈਂ ਪਲੱਸ 1 ਚ ਪੜ੍ਹਦੀ ਹਾਂ ਚੰਡੀਗੜ੍ਹ। ਜੇ ਤੁਹਾਨੂੰ ਅੱਜ ਚੰਡੀਗੜ੍ਹ ਦਾਖਲਾ ਮਿਲਿਆ, ਪਿੰਡਾਂ ਦੇ ਬੱਚਿਆਂ ਨੂੰ ਕਹਿੰਦੇ ਬੜੀ ਔਖੀ ਐਡਮਿਸ਼ਨ ਮਿਲਦੀ ਹੈ, ਪਰ ਜੇਕਰ ਮਿਲੀ ਹੈ ਤਾਂ ਤੁਹਾਨੂੰ ਇਸ ਸਕੂਲ ਦੀ ਜੋ ਕਾਬਲੀਅਤ ਹੈ ਉਸ ਦੇ ਆਧਾਰ ਤੇ ਮਿਲੀ ਹੈ ਨਾ? ਹਾਂਜੀ ਬਿਲਕੁਲ। ਕਿਵੇਂ ਦਾ ਸਟਾਫ ਇੱਥੇ? ਪੜ੍ਹਾਈ ਵੀ ਬਹੁਤ ਵਧੀਆ ਹੈ, ਟੀਚਰਸ ਵੀ ਬਹੁਤ ਵਧੀਆ ਹੈ, ਸਾਰੇ ਬਹੁਤ ਸਪੋਰਟ ਕਰਦੇ ਹੈ, ਔਰ ਮਤਲਬ ਜੋ ਵੀ ਹੈਗੇ ਆ ਅੱਜ ਸਕੂਲ ਦੀ ਵਜ੍ਹਾ ਤੇ ਹੀ ਹੈ, ਜਿੰਨੀ ਵੀ ਨੋਲੇਜ ਸਾਰੀ ਲਈ ਹੈ ਸਾਰੀ ਇੱਥੋਂ ਹੀ ਲਈ ਹੈ, ਬਹੁਤ ਸਪੋਰਟ ਕਰਿਆ ਸਾਰੇ ਟੀਚਰਸ ਨੇ। ਬੇਟਾ ਤੁਸੀਂ ਕਿੱਥੇ ਪੜ੍ਹ ਰਹੇ ਹੋ? ਅਸੀਂ ਹੁਣ ਰਿਤਿਓੜ ਸਰਕਾਰੀ ਸਕੂਲ 'ਚ ਪੜ੍ਹਦੇ ਹਾਂ, ਮੈਂ ਨੋਨ ਮੈਡੀਕਲ ਰੱਖੀ ਹੋਈ ਹੈ, ਅਸੀਂ ਸਿਰਫ ਆਪਣੇ ਟੀਚਰਸ ਦੀ ਵਜ੍ਹਾ ਨਾਲ ਨੋਨ ਮੈਡੀਕਲ ਰੱਖ ਸਕੇ ਹਾਂ ਕਿਉਂਕਿ ਇਹਨਾਂ ਨੇ ਸਾਨੂੰ ਸਪੋਰਟ ਕੀਤਾ ਵੀ ਤੁਸੀਂ ਨੋਨ ਮੈਡੀਕਲ ਕਰ ਸਕਦੇ ਹੋ। ਅੱਛਾ, ਤੇ ਤੁਸੀਂ ਇੱਥੇ ਅੱਛੀ ਪੜ੍ਹਾਈ ਕੀਤੀ ਹੈ ਤਾਂ ਤੁਸੀਂ ਨੋਨ ਮੈਡੀਕਲ ਦੇ ਵਿੱਚ ਜਾ ਕੇ ਲੱਗੇ ਹੋ? ਹਾਂਜੀ, ਸਾਡੇ ਟੀਚਰਸ ਬਹੁਤ ਸਪੋਰਟਿਵ ਹੈ, ਉਹਨਾਂ ਕਰਕੇ ਹੀ ਅਸੀਂ ਨੋਨ ਮੈਡੀਕਲ ਰੱਖ ਸਕੇ ਹਾਂ। ਅੱਗੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਇਲਾਕੇ ਦੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਤਾਂ ਕਿ ਉਹ ਵੀ ਤੁਹਾਡੇ ਵਾਂਗ ਕਾਮਯਾਬ ਹੋ ਸਕਣ? ਮੈਂ ਕਹਿਣਾ ਚਾਹੁੰਦੀ ਹਾਂ ਵੀ ਸਾਰੇ ਬੱਚਿਆਂ ਨੂੰ ਉਰੀ ਲੱਗਣਾ ਚਾਹੀਦਾ ਹੈ ਕਿਉਂਕਿ ਉਹਦੇ ਟੀਚਰਸ ਵੀ ਸਪੋਰਟਿਵ ਨੇ, ਸਾਰਾ ਕੁਝ ਸਿਖਾਉਂਦੇ ਵੀ ਹੈ ਕਿ ਸਾਨੂੰ ਅੱਗੇ ਜਾ ਕੇ ਕੀ ਕਰਨਾ ਚਾਹੀਦਾ ਹੈ, ਬੱਚਿਆਂ ਲਈ ਇਹ ਸਕੂਲ ਬੈਟਰ ਹੈ। जो अज फंक्शन दे जिवें कहा जा रहा कि होर स्कूलों के मुकाबले जो खर्चा बड़ा घट है, कि यह सही गल है कि फीसा उन्नी नहीं देनी पैनिया तो? हाँ जी बिल्कुल, उरे खर्चा बहुत ही ज़्यादा घट है जी, असी भी उड़ी पढ़े हाँ, सानू भी पता ही है उड़े तो सब तो ज़्यादा लैस मनी लेंदे आ CBSE होने के बावजूद भी। अज दे स्कूल दे इस फंक्शन दे विच सरदार बलबीर सिंह सरपंच अते साबका समिति मैंबर सोहाली तो वह भी पहुँचे हुए ने। सरपंच साहब जिवें स्कूल देख रहे हैं कि नो प्रॉफिट नो लॉस से चल रहा है, बहुत वधिया उन्हां नूं नैतिक सिक्ख्या भी दित्ती जा रही है तो होर विद्या भी पढ़ाई जा रही है, तो प्रोग्राम देखिया तो तुसीं सारे इत्थे पतवंते विच पहुँचे हो, की कहना चाहुंदे हो स्कूल दे बारे कि किवें दी सहूलत
ਲੋਕਾਂ ਨੂੰ ਇੱਥੋਂ ਮਿਲ ਰਹੀ ਹੈ ਮਾਪਿਆਂ ਨੂੰ? ਸਭ ਤੋਂ ਪਹਿਲਾਂ ਤਾਂ ਮੈਂ ਖਾਲਸਾ ਟੀਵੀ ਚੈਨਲ ਦਾ ਇੱਥੇ ਸ਼ਹੀਦ ਬਾਬੂ ਸਿੰਘ ਪਬਲਿਕ ਸਕੂਲ ਧਿਊੜ ਵਿਖੇ ਪਹੁੰਚਣ 'ਤੇ ਧੰਨਵਾਦ ਕਰਦਾ। ਇਹ ਸਾਡੇ ਇਲਾਕੇ ਦਾ ਸਭ ਤੋਂ ਜੇ ਕਹਿ ਲਓ ਤਾਂ ਘੱਟ ਪੈਸੇ ਖਰਚ ਕੇ ਵਧੀਆ ਸਿੱਖਿਆ ਦੇਣ ਵਾਲਾ ਸਕੂਲ ਹੈ, ਕਿਉਂਕਿ ਸ਼ੁਰੂ ਦੇ ਵਿੱਚ ਮੇਰੇ ਬੱਚੇ ਵੀ ਇੱਥੇ ਪੜ੍ਹੇ ਹੈ, ਤਕਰੀਬਨ ਚੌਥੀ ਪੰਜਵੀਂ ਤੱਕ। ਹੁਣ ਬੇਸ਼ੱਕ ਉਹ ਖਰੜ ਪੜ੍ਹਦੇ ਹੈ, ਸਾਡੇ ਪਿੰਡ ਦੇ ਹੋਰ ਸਾਰੇ ਇਲਾਕੇ ਦੇ ਬੱਚੇ ਇੱਥੇ ਪੜ੍ਹਨ ਵਾਸਤੇ ਆਉਂਦੇ। ਵਧੀਆ ਸਟਾਫ ਅਤੇ ਐਡਵੋਕੇਟ ਸਾਹਿਬ ਨੇ ਵਧੀਆ ਤਰੀਕੇ ਨਾਲ ਸਕੂਲ ਨੂੰ ਚਲਾ ਰਹੇ ਹੈ। ਇਲਾਕੇ ਦੇ ਮੋਤਬਰ ਸੱਜਣ ਸਰਦਾਰ ਸੱਜਣ ਸਿੰਘ ਜੀ ਸ਼ੇਰਗਿੱਲ, ਜੋ ਕਿ ਉਹ ਵੀ ਇੱਥੇ ਹਾਜ਼ਰ ਨੇ, ਕੀ ਕਹਿਣਾ ਚਾਹੋਗੇ ਜੀ ਅੱਜ ਦਾ ਪ੍ਰੋਗਰਾਮ ਸਕੂਲ ਦੇ ਬਾਰੇ ਜੋ ਆਪਣੇ ਇਲਾਕੇ ਦੇ ਵਿੱਚ ਚੱਲ ਰਿਹਾ ਜੀ? ਇਹ ਸਕੂਲ ਬਹੁਤ ਟਾਈਮ ਤੋਂ ਚੱਲ ਰਿਹਾ, ਜਦੋਂ ਸਕੂਲ ਸਟਾਰਟ ਹੋਇਆ ਉਸ ਟਾਈਮ ਮੇਰੀਆਂ ਦੋ ਬੇਟੀਆਂ ਇਸ ਸਕੂਲ 'ਚ ਹਾਜ਼ਰ ਸਨ। ਅੱਛਾ, ਉਰੇ ਉਹ ਅੱਜ ਆਈਲੈਟਸ ਕਰਕੇ ਆਸਟ੍ਰੇਲੀਆ 'ਚ ਸੈੱਟ ਨੇ। ਅੱਛਾ, ਜਿਹੜੇ ਕਿ ਜਿਹਨਾਂ ਜਿਵੇਂ ਆਪਾਂ ਕਾਨਵੈਂਟ ਸਕੂਲਾਂ ਵਿੱਚ ਵੱਡੇ ਖਰਚੇ ਕਰਕੇ ਪੜ੍ਹਾਉਂਦੇ, ਜਿਵੇਂ ਤੁਸੀਂ ਇੱਥੇ ਕਹਿੰਦੇ ਵੀ ਸਸਤੇ ਸਕੂਲ ਵਿੱਚ ਪੜ੍ਹਾਇਆ ਅਤੇ ਬੱਚੀਆਂ ਪੂਰੀ ਵਿੱਦਿਆ ਲੈ ਕੇ ਅੱਜ ਉਹ ਵਿਦੇਸ਼ਾਂ ਵਿੱਚ ਸੈੱਟ ਨੇ। ਹਾਂਜੀ, ਮੈਂ ਦੇਖਿਆ ਜੀ ਇੱਥੇ ਸਾਡੇ ਇਲਾਕੇ 'ਚ ਇੱਕ ਸਿਰਫ ਵਿੱਦਿਆ ਮੰਦਰੇ ਬਣਿਆ ਵਾ ਜੇ ਉਹ ਇਲਾਕਾ, ਪਰ ਉਹ ਪੜ੍ਹਾਈਆਂ ਨਹੀਂ ਸਾਨੂੰ ਮਿਲ ਰਹੀਆਂ। ਬੱਚੇ ਅਸੀਂ ਦੇਖਦੇ ਹਾਂ, ਸਾਡੇ ਪਿੰਡ ਤੋਂ ਜਾਂਦੇ ਬਹੁਤ, ਹੋਰ ਇਲਾਕੇ ਤੋਂ ਵੀ ਜਾਂਦੇ, ਜੋ ਇੱਥੇ ਸਕੂਲ ਨੂੰ ਸਭ ਕੁਝ ਵਧੀਆ ਪੜ੍ਹਾਈ ਘੱਟ ਖਰਚ। ਬਾਕੀ ਇਹ ਸਕੂਲ ਦਾ ਜਿੰਨਾ ਸਟਾਫ ਹੈ ਉਹ ਸਾਰਾ ਸਭ ਤੋਂ ਵੱਧ ਪੜ੍ਹਿਆ ਲਿਖਿਆ, ਇਹ ਨਹੀਂ ਦੇਖਦੇ ਵੀ ਕੋਈ ਸਿਫਾਰਸ ਜਾਂ ਕਿਸੇ ਤਕੜੇ ਬੰਦੇ ਦਾ ਵੀ ਅਸੀਂ ਉਹਨਾਂ ਦੀ ਕੋਈ ਟੀਚਰ ਰੱਖ ਲਈਏ, ਕੋਈ ਇਹਨਾਂ ਨੂੰ ਉਹ ਨਹੀਂ, ਇਹ ਸਿਰਫ ਉਹਨਾਂ ਦੀ ਪੜ੍ਹਾਈ ਦੇਖਦੇ ਨੇ। ਉਹ ਮੈਡਮਾਂ ਨੂੰ ਇੱਥੇ ਅਤੇ ਟੀਚਰਾਂ ਨੂੰ ਰੱਖ ਕੇ ਵਧੀਆ ਤੋਂ ਵਧੀਆ ਪੜ੍ਹਾਈ ਕਰ ਰਹੇ ਨੇ, ਅੱਜ ਇਹ ਸਕੂਲ ਦੇ ਬੱਚੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਨੇ।